ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰ ਬਦਲ ਹੋ ਸਕਦਾ। ਦੱਸਦੇ ਕਿ ਖੇਤੀ ਕਾਨੂੰਨਾਂ ਤੇ ਵੱਖੋ ਵੱਖ ਹੋਈਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹੁਣ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਜੁੱਟ ਹੋ ਸਕਦੀਆਂ ਨੇ। ਦੋਹਾਂ ਪਾਰਟੀਆਂ ਦਾ ਗੱਠਜੋੜ ਹੋ ਸਕਦਾ, ਇਹ ਸੰਕੇਤ ਅਕਾਲੀ ਦਲ ਦੇ ਸੀਨੀਅਰ ਲੀਡਰ ਦੇ ਵੱਲੋਂ ਦਿੱਤੇ ਗਏ ਨੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ, ਇਸ ਸੰਬੰਧੀ ਗੱਲਬਾਤ ਚੱਲ ਰਹੀ ਹੈ ਅਤੇ ਛੇਤੀ ਸਿਰੇ ਚੜ ਸਕਦਾ। ਦੋਵੇਂ ਧਿਰਾਂ ਰਾਜ਼ੀ ਨੇ, ਇਸ ਲਈ ਲਗਾਤਾਰ ਦੋਵਾਂ ਧਿਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਖੁਲਾਸਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ, ਪੂਰੀ ਉਮੀਦ ਹੈ ਕਿ ਇਹ ਗੱਠਜੋੜ ਸਿਰੇ ਚੜੇਗਾ। ਸਮਾਣਾ ਵਿਖੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਤੇ ਅਕਾਲੀ ਦਲ ਦੇ ਵਿੱਚ ਸਮਝੌਤਾ ਹੋਣ ਦੇ ਪੂਰੇ ਆਸਾਰ ਨੇ, ਇਸੇ ਲਈ ਸੰਪਰਕ ਦੇ ਵਿੱਚ ਦੋਵੇਂ ਧਿਰਾਂ ਨੇ। ਉਹਨਾਂ ਆਖਿਆ ਕਿ ਮੇਰੇ ਭਰਾ ਦਰਸ਼ਨ ਸਿੰਘ ਅਮਰੀਕਾ ਤੋਂ ਇੱਥੇ ਆਏ ਨੇ, ਉਹਨਾਂ ਦੇ ਸੰਬੰਧ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚੰਗੇ ਨੇ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਦੋਹਾਂ ਪਾਰਟੀਆਂ ਦਾ ਗੱਠਜੋੜ ਹੋਵੇ, ਦੋਵੇਂ ਸਿਆਸੀ ਧਿਰਾਂ ਵੀ ਇਹੀ ਚਾਹੁੰਦੀਆਂ ਨੇ, ਇਹ ਗੱਠਜੋੜ ਸਿਰੇ ਲੱਗੇ, ਇਸ ਲਈ ਸਮਝੌਤੇ ਦੀ ਬਹੁਤ ਵੱਧ ਸੰਭਾਵਨਾ ਹੈ। ਕਿਸ ਤਰ੍ਹਾਂ ਦੀ ਤਿਆਰੀ ਹੈ, ਬੀਜੇਪੀ ਨਾਲ ਗੱਠਜੋੜ ਹੋ ਜਾਊਗਾ ਨਹੀਂ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਸੰਭਾਵਨਾ ਕੁਛ? ਦੇਖੋ, ਇਹ ਤਾਂ ਹੁਣ ਗੁਰੂ ਨੂੰ ਪਤਾ ਵੀ ਸੰਭਾਵਨਾ ਤਾਂ ਪੂਰੀ ਹੈ, ਹੋ ਵੀ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਚੋਣ ਲੜਨ ਦੇ ਲਈ ਤਿਆਰ ਹੈ, ਹਮੇਸ਼ਾ ਤਤਪਰ ਹੈ, 24 ਘੰਟੇ ਤਿਆਰ ਹੈ। ਬੀਜੇਪੀ ਨੇ ਕੋਈ ਸੰਪਰਕ ਕੀਤਾ ਤੁਹਾਡੇ ਅਕਾਲੀ ਮੁਖ? ਗੱਲ ਚੱਲ ਰਹੀ ਹੈ ਜੀ, ਗੱਲ ਚੱਲ ਰਹੀ ਹੈ। ਆਪਣੇ ਸਤਸ਼੍ਰੀ ਸਿੰਘ ਬਾਦਲ ਵੀ ਆਏ ਸੀ, ਜੋ ਦਰਸ਼ਨ ਸਿੰਘ ਆਏ ਨੇ ਇੱਥੇ, ਅਤੇ ਉਦੋਂ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਗੱਲ ਕਰੋ, ਕਿਉਂਕਿ ਮੋਦੀ ਸਾਹਿਬ ਨਾਲ ਉਹਨਾਂ ਦੀ ਬਹੁਤ ਵਧੀਆ, ਅਤੇ ਉਹ ਗੱਲ ਚੱਲਦੀ ਹੈ, ਦੇਖੋ ਹੁਣ ਕਿਤੇ ਲੱਗਦੀ ਹੈ। ਇਹ ਤਾਂ ਗੁਰੂ ਨੂੰ ਪਤਾ ਵੀ ਕਿੱਥੇ ਜਾ ਕੇ ਹੋ ਸਕਦਾ। ਬਹੁਤ ਚਾਂਸ ਨੇ ਜੀ, ਬਹੁਤ ਚਾਂਸ ਨੇ। ਬੀਜੇਪੀ ਵੀ ਚਾਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਚਾਹੁੰਦਾ ਕਿ ਇਹ ਸਮਝੌਤਾ ਹੋਵੇ। ਉੱਧਰ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਇਹਨਾਂ ਚਰਚਾਵਾਂ ਤੇ ਫੁੱਲ ਸਟਾਪ ਲਾ ਦਿੱਤਾ। ਉਹਨਾਂ ਕਿਹਾ ਕਿ ਸਾਡਾ ਅਲਾਈਅੰਸ ਪਹਿਲਾਂ ਹੀ ਢੀਂਡਸਾ ਧੜੇ ਦੇ ਨਾਲ ਹੈ, ਇਸ ਤਰ੍ਹਾਂ ਦੋ ਦੋ ਗੱਠਜੋੜ ਨਹੀਂ ਹੁੰਦੇ। ਉਹਨਾਂ ਨੂੰ ਹਾਈ ਕਮਾਂਡ ਨੇ ਇਕੱਲੇ ਹੀ ਚੋਣ ਲੜਨ ਦੇ ਲਈ ਕਿਹਾ ਹੈ। ਦੱਸਦੇ ਕਿ ਭਾਜਪਾ ਦੇ ਸੀਨੀਅਰ ਆਗੂ ਨੇ ਹਰਜੀਤ ਗਰੇਵਾਲ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ, ਜੇਕਰ ਅਜਿਹਾ ਕੁਝ ਹੋਵੇਗਾ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਕਿਸ ਤਰੀਕੇ ਦਾ ਫਿਰ ਬਦਲ ਹੋਵੇਗਾ, ਕਿ ਖੇਤੀ ਕਾਨੂੰਨਾਂ 'ਤੇ ਅੱਡੋ ਅੱਡ ਹੋਈਆਂ ਸਿਆਸੀ ਧਿਰਾਂ ਮੁੜ ਤੋਂ ਗੱਠਜੋੜ ਕਰਨਗੀਆਂ ਜਾਂ ਨਹੀਂ। ਇਸ ਦਾ ਜਵਾਬ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਅੱਜ ਗਠਬੰਧਨ ਦੇ ਲਈ ਬਿਆਨ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਦਾ, ਸਾਡੀ ਜਾਣਕਾਰੀ 'ਚ ਨਹੀਂ ਹੈ। ਔਰ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਸਮੂਹਿਕ ਹੁੰਦੇ ਆ, ਔਰ ਪੰਜਾਬ ਬੀਜੇਪੀ ਨੂੰ ਤਾਂ ਇਹੀ ਕਿਹਾ ਗਿਆ ਕਿ ਵੀ ਇਕੱਲੇ ਲੜਨਾ ਅਤੇ ਤੁਸੀਂ ਸਾਰੀਆਂ ਸੀਟਾਂ ਦੀ ਤਿਆਰੀ ਕਰੋ, ਕੋਈ ਗਠਬੰਧਨ ਦੀ ਗੱਲਬਾਤ ਨਹੀਂ ਕੀਤੀ ਗਈ। ਔਰ ਸਾਡਾ ਗਠਬੰਧਨ ਪਹਿਲਾਂ ਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਸੰਯੁਕਤ ਅਕਾਲੀ ਦਲ ਨਾਲ ਹੈਗਾ, ਇਸ ਲਈ ਉਹਦੇ ਉੱਪਰ ਦੋ ਗਠਬੰਧਨ ਨਹੀਂ ਹੋਇਆ ਕਰਦੇ। ਅਜੇ ਤੱਕ ਕੋਈ ਐਸੀ ਗੱਲ ਨਹੀਂ ਹੈ, ਜੇ ਸਰਦਾਰ ਸੁਰਜੀਤ ਸਿੰਘ ਰੱਖੜਾ ਦੇ ਧਿਆਨ 'ਚ ਕੋਈ ਗੱਲ ਹੋਊਗੀ ਤਾਂ ਉਹ ਦੱਸ ਸਕਦੇ ਆ, ਔਰ ਉਹਨਾਂ ਦੀ ਕਿਤੇ ਗੱਲ ਹੋਈ ਹੋਵੇ, ਮੈਨੂੰ ਨਹੀਂ ਇਸ ਦੀ ਜਾਣਕਾਰੀ। ਔਰ ਪੰਜਾਬ ਬੀਜੇਪੀ 'ਚ ਵੀ ਕਿਸੇ ਅਸੀਂ ਸਾਰੀਆਂ ਮੀਟਿੰਗਾਂ ਕਰ ਰਹੇ ਹਾਂ, ਅੱਜ ਵੀ ਚੱਲ ਰਹੀਆਂ ਨੇ, ਸਾਡੇ ਵਿਜੇ ਰੂਪਾਣੀ ਜੀ ਪ੍ਰਭਾਰੀ ਆਏ ਹੋਏ ਨੇ, ਸੁਨੀਲ ਜਾਖੜ ਜੀ ਉਹਦੇ 'ਚ ਨੇ, ਔਰ ਕੱਲ੍ਹ ਵੀ ਮੀਟਿੰਗਾਂ ਨੇ। ਅਸੀਂ ਤਾਂ ਇਕੱਲੇ ਲੜਨ ਦੀ ਤਿਆਰੀ ਔਰ ਸਾਰੀਆਂ ਸੀਟਾਂ ਦੀ ਤਿਆਰੀ ਕਰ ਰਹੇ ਹਾਂ, ਔਰ ਅਜੇ ਇਹੋ ਜਿਹੀ ਕੋਈ ਗਲਤ ਫਹਿਮੀ ਵਾਲੀ ਗੱਲ ਨਹੀਂ ਹੈ, ਜਦੋਂ ਹੋਏਗੀ ਜ਼ਰੂਰ ਜਾਣਕਾਰੀ ਦੇ ਦਿਆਂਗੇ।